ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਸਨਮਜੀਤ ਸਿੰਘ ਪੱਲਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਲੁਧਿਆਣਾ ਦੇ ਵਿੱਚ ਜਿਹੜਾ ਐਤਵਾਰ ਦਾ ਕਰਫਿਊ ਸੀਗਾ ਉਹ ਵੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਖਤਮ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਹੋ ਰਹੀ ਗ੍ਰਾਵਿਟੀ ਨੂੰ ਲੈ ਕੇ ਲਗਾਤਾਰ ਲੁਧਿਆਣਾ ਦੇ ਪ੍ਰਸ਼ਾਸਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਿਰਿੰਦਰ ਸ਼ਰਮਾ ਦੇ ਵੱਲੋਂ ਕਈ ਆਰਡਰ ਕੱਢੇ ਗਏ ਸੀਗੇ ਕਈ ਢਿੱਲਾ ਦਿੱਤੀਆਂ ਗਈਆਂ ਸੀ ਚਾਹੇ ਉਹ ਦੁਕਾਨਾਂ ਦਾ ਸਮਾਂ ਵਧਾਇਆ ਹੋਵੇ ਚਾਹੇ ਹੋਰ ਵੀ ਜੋ ਵੀ ਢਿੱਲਾ ਹੋਣ ਉਹ ਦਿੱਤੀਆਂ ਗਈਆਂ ਸੀਗੀਆਂ ਪਰ ਹੁਣ ਜਿਹੜੀ ਇੱਕ ਬੰਦੀ ਲੱਗੀ ਹੋਈ ਸੀ ਕਿ ਲੁਧਿਆਣੇ ਦੇ ਵਿੱਚ ਸੋਮਵਾਰ ਤੋਂ ਸ਼ਨੀਵਾਰ ਤੱਕ ਹਰੇਕ ਦੁਕਾਨ ਖੁੱਲ ਸਕਦੀ ਸੀ ਪਰ ਐਤਵਾਰ ਨੂੰ ਨਹੀਂ ਖੁੱਲ ਸਕਦੀ ਸੀ ਐਤਵਾਰ ਨੂੰ ਵੀਕੈਂਡ ਕਰਫਿਊ ਰਹਿੰਦਾ ਸੀਗਾ ਪਰ ਉਹ ਵੀ ਹੁਣ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਹਟਾ ਦਿੱਤਾ ਲੁਧਿਆਣੇ 'ਚ ਐਤਵਾਰ ਵਾਲੇ ਦਿਨ ਵੀ ਹੁਣ ਸਾਰੀਆਂ ਦੁਕਾਨਾਂ ਚਾਹੇ ਜ਼ਰੂਰੀ ਅਤੇ ਗੈਰ ਜ਼ਰੂਰੀ ਸਮਾਨ ਦੀਆਂ ਹਰੇਕ ਪ੍ਰਕਾਰ ਦੀਆਂ ਦੁਕਾਨਾਂ ਜਿਹੜੀਆਂ ਨੇ ਐਤਵਾਰ ਨੂੰ ਵੀ ਖੁੱਲ ਸਕਦੀਆਂ ਨੇ ਇਹ ਆਰਡਰ ਕੱਲ ਤੋਂ ਹੀ ਲਾਗੂ ਮਤਲਬ ਅੱਜ ਤੋਂ ਹੀ ਲਾਗੂ ਹੋ ਚੁੱਕੇ ਨੇ ਮਤਲਬ ਕੱਲ ਐਤਵਾਰ ਨੂੰ ਹਰੇਕ ਪ੍ਰਕਾਰ ਦੀ ਦੁਕਾਨ ਚਾਹੇ ਉਹ ਜ਼ਰੂਰੀ ਸਮਾਨ ਦੀ ਦੁਕਾਨ ਹੋਵੇ ਚਾਹੇ ਗੈਰ ਜ਼ਰੂਰੀ ਸਮਾਨ ਦੀ ਦੁਕਾਨ ਹੋਵੇ ਹਰੇਕ ਦੁਕਾਨ ਜਿਹੜੀ ਹੈ ਕੱਲ ਖੁੱਲ ਸਕਦੀ ਹੈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਅਧਿਕਾਰਕ ਤੌਰ ਤੇ ਆਰਡਰਸ ਜਾਰੀ ਕਰ ਦਿੱਤੇ ਗਏ ਨੇ ਅਦੇ ਕੁਛੀ ਦੇਰ ਬਾਅਦ ਸਾਡੇ ਹੀ ਪੇਜ ਤੇ ਤੁਹਾਨੂੰ ਆਰਡਰ ਦੀ ਕਾਪੀ ਵੀ ਦਿਖਾ ਦੇਵਾਂਗੇ ਕਿ ਜਿਹੜੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਆਰਡਰ ਜਾਰੀ ਕੀਤੇ ਗਏ ਨੇ ਕਿ ਕੱਲ ਐਤਵਾਰ ਵਾਲੇ ਦਿਨ ਵੀ ਹੁਣ ਦੁਕਾਨਾਂ ਜਿਹੜੀਆਂ ਨੇ ਖੁੱਲ ਸਕਦੀਆਂ ਨੇ ਲਗਾਤਾਰ ਲੁਧਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਜੋ ਕਰੋਨਾ ਵਾਇਰਸ ਦਾ ਕਹਿਰ ਲੁਧਿਆਣੇ ਦੇ ਵਿੱਚ ਦਿਨੋਂ ਦਿਨ ਵੱ ਉਤੇ ਨੱਥ ਪਾਈ ਜਾਵੇ ਰੋਜ਼ਾਨਾ 1500 ਤੋਂ ਵੱਧ ਕੇਸ ਜਿਹੜੇ ਆਣੇ ਸ਼ੁਰੂ ਹੋ ਗਏ ਸੀ 30 ਤੋਂ ਵੱਧ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਪਰ ਕੇਸਾਂ ਦੇ ਗਿਣਤੀ ਦੇ ਵਿੱਚ ਘਾਟਾ ਜ਼ਰੂਰ ਹੋਇਆ ਮੌਤਾਂ ਦੇ ਅੰਕੜੇ ਵੀ ਕਾਫੀ ਗਿਰੇ ਨੇ ਲੁਧਿਆਣਾ ਦੇ ਵਿੱਚ ਜਿੱਥੇ 1500 ਤੋਂ ਵੱਧ ਕੇਸ ਆਉਂਦੇ ਸੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੁਣ 30 ਤੋਂ 35 ਹੀ ਲੁਧਿਆਣਾ ਦੇ ਵਿੱਚ ਰੋਜ਼ਾਨਾ ਕੇਸ ਆਉਂਦੇ ਨੇ ਪਿਛਲੇ 2 ਦਿਨਾਂ ਤੋਂ ਲੁਧਿਆਣਾ ਦੇ ਵਿੱਚ ਕੋਈ ਵੀ ਮੌਤ ਵੀ ਨਹੀਂ ਹੋਈ ਸੀ ਪਰ ਅੱਜ ਲੁਧਿਆਣਾ ਦੇ ਵਿੱਚ ਇੱਕ ਮੌਤ ਜ਼ਰੂਰ ਹੋਈ ਹੈ ਪਰ ਦੱਸ ਦਈਏ ਕੇਸਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਬੀਤੇ ਦਿਨੀ ਪੰਜਾਬ ਸਰਕਾਰ ਨੇ ਵੀ ਆਰਡਰਸ ਜਾਰੀ ਕੀਤੇ ਸੀਗੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਹਦਾਇਤਾਂ ਸਿੱਗੀਆਂ ਉਹ 25 ਤਰੀਕ ਤੱਕ ਲਾਗੂ ਰੱਖੀਆਂ ਆਈਆਂ ਸੀ ਗਿਆ ਪਰ ਹੁਣ ਲੁਧਿਆਣਾ ਦੇ ਪ੍ਰਸ਼ਾਸਨ ਦੇ ਕੋਲੋਂ